ਰਜਨੀ ਸੈਣੀ ਨਾਨਕੀ ਨਗਰੀ ਛੁਣੇ ਮੈਂ ਆਪ ਗਿਆ ਦਰਿਆ ਫਰਾ ਚਰੋਂ ਦਾ ਬਦਾਇਮ ਮਲਕ ਜਾਫਰ ਦੇ ਯਾਰ ਬੇਰੇ ਵਾਲੇ ਗਵਾਇਮ ਉਹਨਾਂ ਮੈਨੂੰ ਪੁੱਛਿਆ ਮੈਨੂੰ ਦੱਸ ਕਰੋ ਕਿਹੜੀ ਗੱਲ ਨੂੰ ਰੋਣਾ ਮੈਂ ਆਖਿਆ 45 ਮੀਲ ਥੱਲੇ ਕੁੱਠੇ ਨੇ ਇਤਨੇ ਉੱਤੇ ਲੁੜੇ ਨੇ ਜਿਹੜੇ ਕਰਬਲਾ ਦੇ ਸਾਹਮਣੇ ਆਏ ਨੇ ਕੋਸ਼ਿਸ਼ ਤਾਂ ਕਰਦੇ ਰਹਿਣ ਮਤਾ ਨਾਨਕ ਸ਼ਹਿਰ ਚ ਕਬਰਾਂ ਦੀ ਜਾ ਬਣ ਮੰਨੇ ਮਹਿਰਮ ਲਾਂ ਦੀ ਈਦ ਇੱਕ ਦੇ ਆਉਂਦੀ ਹੈ ਪੁੱਤਰਾਂ ਦਾ ਵਾਸਤੇ ਹੀ ਕੁਰਬਾਨੀ ਵਾਲੀ ਈਦ ਤਰਾਏ ਦਿਹਾੜੀ ਆਉਂਦੀ ਹੈ ਪਹਿਲੀਆਂ ਦੋ ਦਿਹਾੜੀਆਂ ਚ ਧੀਆਂ ਨੂੰ ਈਦ ਨਾ ਦਿੱਤੀ ਗੱਲ ਪਹਿਲੀ ਦੀਵਾਰ ਗੁਸਲ ਕੀਤਾ ਘਰ ਕੱਪੜੇ ਬਦਲੇ ਘਰ ਕੁਰਬਾਨੀ ਕੀਤੀ ਘਰ ਆ ਕੁਰਬਾਨੀ ਤੋਂ ਬਾਅਦ ਬਦਲੇ ਘਰ ਕੱਪੜੇ ਉਹ ਮਹਿਲੇ ਪਾ ਲੈ ਘਰ ਲਹਾਰਾ ਚ ਕਰ ਗਿਆ ਆਖਿਆ ਘਰ ਮੈਨੂੰ ਗਾਈ ਭੁੱਲ ਗਈ